ਅੱਜ ਰਾਜਗੁਰੂ ਨਗਰ ਵਿਖੇ ਪੰਜਾਬੀ ਸੱਭਿਆਚਾਰ ਦੇ ਪਿਤਾਮਾ ਜਗਦੇਵ ਸਿੰਘ ਜੱਸੋਵਾਲ ਜੀ ਦੀ ਚੌਥੀ ਬਰਸੀ ਕ੍ਰਿਸ਼ਨ ਕੁਮਾਰ ਬਾਵਾ ਚੇਅਰਮੈਨ ਮਾਲਵਾ ਸੱਭਿਆਚਾਰਕ ਮੰਚ ਪੰਜਾਬ ਦੇ ਗ੍ਰਹਿ ਵਿਖੇ ਮਨਾਈ ਗਈ। ਇਸ ਸਮੇਂ ਮੰਚ ਦੇ ਪੰਜਾਬ ਦੇ ਪ੍ਰਧਾਨ ਰਜੀਵ ਕੁਮਾਰ ਲਵਲੀ, ਮੰਚ ਦੀ ਮਹਿਲਾ ਵਿੰਗ ਪੰਜਾਬ ਦੀ ਪ੍ਰਧਾਨ ਬਲਜਿੰਦਰ ਕੌਰ, ਕੌਂਸਲਰ ਵਾਈਸ ਪ੍ਰਧਾਨ ਜਰਨੈਲ ਸਿੰਘ ਤੂਰ, ਕਨਵੀਨਰ ਮੰਚ ਪੰਜਾਬ ਰਵਿੰਦਰ ਰੰਗੋਵਾਲ, ਮਿਊਜ਼ਿਕ ਡਾਇਰੈਕਟਰ ਤੇਜਵੰਤ ਕਿੱਟੂ ਹਾਜ਼ਰ ਸਨ। ਇਸ ਸਮੇਂ ਸਾਬਕਾ ਮੰਤਰੀ ਸਰਦਾਰ ਮਲਕੀਤ ਸਿੰਘ ਦਾਖਾ ਨੇ ਬੋਲਦੇ ਕਿਹਾ ਹੈ ਕਿ ਜਗਦੇਵ ਸਿੰਘ ਜੱਸੋਵਾਲ ਦਾ ਜੀਵਨ ਸਾਡੇ ਲਈ ਪ੍ਰੇਰਣਾ ਸਰੋਤ ਹੈ। ਉਹਨਾਂ ਕਿਹਾ ਹੈ ਕਿ ਸਰਦਾਰ ਜੱਸੋਵਾਲ ਜੀ ਨੇ ਹਰ ਖੇਤਰ ਵਿੱਚ ਕੰਮ ਕੀਤਾ ਅਤੇ ਜ਼ਿੰਦਗੀ ਦੇ ਮੰਚ ਨੂੰ ਪਹਿਚਾਨਿਆ। ਇਹੀ ਉਹਨਾਂ ਦੀ ਸਭ ਤੋਂ ਵੱਡੀ ਖੂਬੀ ਸੀ। ਸ਼੍ਰੀ ਬਾਵਾ ਅਤੇ ਲਵਲੀ ਨੇ ਕਿਹਾ ਹੈ ਕਿ 11 ਜਨਵਰੀ 2019 ਨੂੰ ਮੰਡੀ ਮੁੱਲਾਪੁਰ ਰਾਏਕੋਟ ਰੋਡ ਤੇ ਲੱਗਣ ਵਾਲਾ ਧੀਆਂ ਦਾ 25ਵਾਂ ਲੋਹੜੀ ਮੇਲਾ ਜੱਸੋਵਾਲ ਦੀ ਨਿੱਘੀ ਅਤੇ ਮਿੱਠੀ ਯਾਦ ਨੂੰ ਸਮਰਪਿਤ ਹੋਵੇਗਾ। ਸਰਦਾਰ ਜਗਦੇਵ ਸਿੰਘ ਜੱਸੋਵਾਲ ਜੀ ਦੀ ਨਿੱਘੀ ਅਤੇ ਮਿੱਠੀ ਯਾਦ ਅੰਦਰ ਉਹਨਾਂ ਦੀ ਸਾਲਾਨਾ ਬਰਸੀ 'ਤੇ ਉਹਨਾਂ ਨੂੰ ਸ਼ਰਧਾ ਅਤੇ ਸਤਿਕਾਰ ਭੇਂਟ ਕਰਨ ਵਾਸਤੇ ਬਾਬਾ ਜੀ ਨੇ ਉਹਨਾਂ ਦੀ ਯਾਦ ਵਿੱਚ ਸਾਰਿਆਂ ਨੂੰ ਇਕੱਠੇ ਕਰਕੇ ਅਸੀਂ ਸਾਰੇ ਰਲ ਕੇ ਉਹਨਾਂ ਨੂੰ ਸ਼ਰਧਾ ਅਤੇ ਸਤਿਕਾਰ ਭੇਂਟ ਕਰਦੇ ਹਾਂ ਔਰ ਅਸੀਂ ਪ੍ਰਣ ਕਰਦੇ ਹਾਂ ਕਿ ਸਰਦਾਰ ਜਗਦੇਵ ਸਿੰਘ ਜੱਸੋਵਾਲ ਦੇ ਪਾਏ ਹੋਏ ਪੂਰਨਿਆਂ 'ਤੇ ਉਹਨਾਂ ਦੇ ਨਕਸ਼ੇ ਕਦਮ 'ਤੇ ਚੱਲਦੇ ਹੋਏ ਜਿਸ ਤਰ੍ਹਾਂ ਉਹ ਉੱਚ ਕੋਟੀ ਦੇ ਵਿਦਵਾਨ ਸਨ, ਰਾਜਨੀਤੀ ਦੇ ਖੇਤਰ ਵਿੱਚ, ਧਾਰਮਿਕ ਖੇਤਰ ਵਿੱਚ ਔਰ ਸੱਭਿਆਚਾਰ ਦੇ ਖੇਤਰ ਵਿੱਚ ਜੋ ਉਹਨਾਂ ਨੇ ਪੈੜਾਂ ਪਾਈਆਂ ਨੇ ਔਰ ਵਿਰਲੇ ਮਨੁੱਖ ਹੁੰਦੇ ਨੇ ਜਿਹੜੇ ਮਰਨ ਤੋਂ ਉਪਰੰਤ ਵੀ ਉਹਨਾਂ ਨੂੰ ਲੋਕ ਯਾਦ ਕਰਦੇ ਨੇ। ਜਿਸ ਤਰ੍ਹਾਂ ਸੁਲਤਾਨ ਬਾਹੂ ਨੇ ਲਿਖਿਆ, ਮਰਨਾ ਸਫਲ ਉਹਨਾਂ ਦਾ ਬਾਹੂ, ਜਿਉਣ ਜਿਨ੍ਹਾਂ ਦੀਆਂ ਕਬਰਾਂ। ਅੱਜ ਉਹਨਾਂ ਦੀ ਯਾਦ ਮੇਲੇ ਵੀ ਲੱਗਦੇ ਨੇ, ਉਹਨਾਂ ਦੀ ਬਰਸੀਆਂ ਵੀ ਮਨਾਈਆਂ ਜਾਂਦੀਆਂ ਨੇ ਔਰ ਮੈਂ ਸਮਝਦਾ ਕਿ ਸਰਦਾਰ ਜਗਦੇਵ ਸਿੰਘ ਜੱਸੋਵਾਲ ਵਰਗਾ ਇਨਸਾਨ ਜਿਹੜਾ ਯਾਰਾਂ ਦਾ ਯਾਰ ਸੀ, ਆਪ ਤੋਂ ਛੋਟਿਆਂ ਨੂੰ ਪਿਆਰ ਕਰਨਾ, ਆਪ ਤੋਂ ਵੱਡਿਆਂ ਦਾ ਸਤਿਕਾਰ ਕਰਨਾ ਸਾਨੂੰ ਉਹਨਾਂ ਨੇ ਸਿਖਾਇਆ ਔਰ ਮੈਂ ਅੱਜ ਉਹਨਾਂ ਨੂੰ ਆਪਣੇ ਵੱਲੋਂ ਸ਼ਰਧਾ ਅਤੇ ਸਤਿਕਾਰ ਭੇਂਟ ਕਰ। ਪੰਜਾਬੀ ਸੱਭਿਆਚਾਰ ਦੇ ਪਿਤਾਮਾ ਜਗਦੇਵ ਸਿੰਘ ਜੱਸੋਵਾਲ ਜੀ ਦੀ ਚੌਥੀ ਬਰਸੀ ਮਨਾ ਰਹੇ ਹਾਂ। ਜੱਸੋਵਾਲ ਜੀ ਦਾ ਮੇਰੇ ਜੀਵਨ 'ਤੇ ਗਹਿਰਾ ਅਸਰ ਹੈ ਕਿਉਂਕਿ ਜੇ 1980 'ਚ ਜਦੋਂ ਰਾਏਕੋਟ ਤੋਂ ਵਿਧਾਇਕ ਬਣੇ ਤਾਂ ਮੈਨੂੰ ਪੋਲੀਟੀਕਲ ਖੇਤਰ ਦੇ ਵਿੱਚ ਵੀ ਅੱਗੇ ਲਿਆਉਣ ਦੇ ਵਿੱਚ ਉਹਨਾਂ ਦਾ ਬੜਾ ਵੱਡਾ ਰੋਲ ਹੈ ਅਤੇ ਜੇ ਅੱਜ ਅਸੀਂ ਧੀਆਂ ਦੀ ਲੋਹੜੀ ਮਨਾਉਂਦੇ ਹਾਂ ਤਾਂ ਸੱਭਿਆਚਾਰ ਖੇਤਰ ਦੇ ਵਿੱਚ ਵੀ ਮੈਂ ਸਮਝਦਾ ਇੱਕ ਬੜਾ ਵੱਡਾ ਜਿੱਥੇ ਉਹਨਾਂ ਦਾ ਯੋਗਦਾਨ ਆ ਉੱਥੇ ਸਾਡੇ ਵਰਗੇ ਲੋਕਾਂ ਨੂੰ ਅੱਗੇ ਲਿਆਉਣ ਦੇ ਲਈ ਉਹਨਾਂ ਨੇ ਵੱਡਾ ਯੋਗਦਾਨ ਪਾਇਆ। ਅਤੇ ਜੇ ਅੱਜ ਉਹ ਮਹਾਨ ਯੋਧੇ ਜਰਨੈਲ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਯਾਦ ਕਰਦੇ ਹਾਂ ਤਾਂ ਇਹ ਵੀ ਮੈਂ ਸਮਝਦਾ ਕਿ ਉਹਨਾਂ ਦੀ ਵੱਡੀ ਦੇਣ ਹੈ। ਮੈਨੂੰ ਉਹ ਯਾਦ ਆ ਜਦ ਪਹਿਲਾ ਸਮਾਗਮ ਪਹਿਲਾਂ ਕਿ ਜੱਸੋਵਾਲ ਸਾਹਿਬ ਦੇ ਗ੍ਰਹਿ ਵਿਖੇ ਕੁਝ ਬੁੱਧੀਜੀਵੀ ਬੈਠੇ ਸਨ ਅਤੇ ਉਹਨਾਂ ਨੇ ਮੈਨੂੰ ਬਾਬਾ ਬੰਦਾ ਬਹਾਦਰ ਦਾ ਪੋਰਟਰੇਟ ਦਿੱਤਾ ਕਿ ਉਸ ਮਹਾਨ ਯੋਧੇ ਜਰਨੈਲ ਨੂੰ ਤੁਸੀਂ ਯਾਦ ਕਰੋ ਕਿਉਂ ਸਾਡੇ ਲੋਕ ਕਈ ਵਾਰੀ ਬਹੁਤ ਛੋਟੀਆਂ ਛੋਟੀਆਂ ਗੱਲਾਂ ਨੂੰ ਲੈ ਕੇ ਕਿਤੇ ਨਾ ਕਿਤੇ ਉਸ ਯੋਧੇ ਨੂੰ ਵਿਸਾਰੀ ਬੈਠੇ ਨੇ ਅਤੇ ਉਸ ਯੋਧੇ ਨੂੰ ਯਾਦ ਕਰਨ ਦਾ ਅੱਜ ਮੈਂ ਸਮਝਦਾ ਇਹ ਵੀ ਸਿਹਰਾ ਸਰਦਾਰ ਜਗਦੇਵ ਸਿੰਘ ਜੱਸੋਵਾਲ ਨੂੰ ਜਾਂਦਾ। ਅੱਜ ਚੌਥੀ ਬਰਸੀ 'ਤੇ ਜਿੱਥੇ ਅਸੀਂ ਉਹਨਾਂ ਨੂੰ ਯਾਦ ਕਰਦੇ ਹਾਂ ਉੱਥੇ ਜੋ ਧੀਆਂ ਦਾ ਲੋਹੜੀ ਮੇਲਾ 11 ਜਨਵਰੀ 2019 ਦਾਣਾ ਮੰਡੀ ਮੁੱਲਾਂਪੁਰ ਵਿਖੇ ਲਗਾ ਰਹੇ ਹਾਂ ਇਹ ਵੀ ਉਸ ਮਹਾਨ ਸ਼ਖਸੀਅਤ ਨੂੰ ਸਮਰਪਿਤ ਹੋਏਗਾ। ਉਹਨਾਂ ਦੀ ਯਾਦ ਦੇ ਵਿੱਚ ਅਸੀਂ ਇੱਕ ਸਨਮਾਨ ਵੀ ਗੋਲਡ ਮੈਡਲ ਪਾ ਕੇ ਦੇਵਾਂਗੇ 11 ਜਨਵਰੀ। ਬਹੁਤ ਬਹੁਤ ਧੰਨਵਾਦ। ਹਾਂ ਬਿਲਕੁਲ, ਜਿਨ੍ਹਾਂ ਨੂੰ ਅਸੀਂ ਪੰਜਾਬ ਦੇ ਵਿੱਚ ਮੇਲਿਆਂ ਦੇ ਬਾਦਸ਼ਾਹ ਕਹਿੰਦੇ ਸੀਗੇ, ਸਰ ਜਗਦੇਵ ਸਿੰਘ ਜੱਸੋਵਾਲ,
ਕਿਉਂਕਿ ਜਿੰਨੇ ਵੀ ਨਾਮਵਰ ਗਾਇਕ ਹੋਏ ਨੇ ਪੰਜਾਬ ਦੇ ਵਿੱਚ, ਮੈਂ ਸਮਝਦਾ ਵੀ ਪ੍ਰੋਫੈਸਰ ਮੋਹਨ ਸਿੰਘ ਫਾਊਂਡੇਸ਼ਨ ਅਤੇ ਪ੍ਰੋਫੈਸਰ ਮੋਹਨ ਸਿੰਘ ਮੇਲੇ ਦਾ ਜਿੱਥੇ ਬਹੁਤ ਭਾਰੀ ਯੋਗਦਾਨ ਰਿਹਾ, ਕਿਉਂਕਿ ਜੱਸੋਵਾਲ ਸਾਹਿਬ ਹਮੇਸ਼ਾ ਨਵੇਂ ਉੱਭਰਦੇ ਕਲਾਕਾਰਾਂ ਨੂੰ ਆਪਣੇ ਮੰਚ ਤੋਂ ਆਪਣੀ ਸਟੇਜ ਤੋਂ ਗਵਾਉਂਦੇ ਸੀ, ਜਿਹਦੇ ਕਰਕੇ ਅੱਜ ਜਿਹੜੇ ਪੰਜਾਬ ਦੇ ਨਾਮਵਰ ਲੋਕ ਗਾਇਕ ਨੇ ਅੱਜ ਉਹ ਬੁਲੰਦੀਆਂ ਛੂਹ ਰਹੇ ਨੇ, ਅਤੇ ਅੱਜ ਜੱਸੋਵਾਲ ਸਾਹਿਬ ਦੀ ਬਰਸੀ 'ਤੇ ਉਹਨਾਂ ਨੂੰ ਯਾਦ ਕਰਦੇ ਹੋਏ ਅਸੀਂ ਮਾਲਵਾ ਸੱਭਿਆਚਾਰਕ ਮੰਚ ਵੱਲੋਂ, ਸਮੁੱਚੀ ਟੀਮ ਵੱਲੋਂ ਅਸੀਂ ਇਸ ਬਰਸੀ ਦੇ ਉੱਪਰ ਸ਼ਰਧਾ ਦੇ ਨਮਨ ਜਿਹੜੇ ਆ ਭੇਟ ਕਰਦੇ ਹਾਂ ਜੱਸੋਵਾਲ ਸਾਹਿਬ ਨੂੰ। ਥੈਂਕ ਯੂ। ਅੱਜ ਜਗਦੇਵ ਸਿੰਘ ਜੱਸੋਵਾਲ ਜੀ ਜਿਹੜੇ ਕਿ MLA ਵੀ ਰਹੇ ਨੇ ਔਰ ਸੰਗੀਤ ਗੀਤ ਨਾਲ ਬਹੁਤ ਹੀ ਇਹਨਾਂ ਦਾ ਲਗਾਵ ਸੀਗਾ, ਔਰ ਬਹੁਤ ਹੀ ਇਹਨਾਂ ਨੇ ਜਿਹੜੇ ਕਿ ਯੰਗ ਜਨਰੇਸ਼ਨ ਨਵੇਂ ਗਾਇਕਾਂ ਨੂੰ ਬਹੁਤ ਹੀ ਮੌਕਾ ਦਿੱਤਾ ਔਰ ਬੜੇ ਮਾਣ ਵਾਲੀ ਗੱਲ ਹੈ, ਕਿਉਂਕਿ ਛੋਟੇ ਬੱਚੇ ਜਿਹੜੇ ਨਵੇਂ ਨਵੇਂ ਕੋਈ ਵੀ ਫੀਲਡ 'ਚ ਆਉਂਦੇ ਆ ਤਾਂ ਉਹ ਚਾਹੁੰਦੇ ਨੇ ਕਿ ਅਸੀਂ ਅੱਗੇ ਵਧੀਏ, ਤਾਂ ਜੱਸੋਵਾਲ ਜੀ ਨੇ ਉਹਨਾਂ ਨੂੰ ਬਹੁਤ ਮੌਕਾ ਦਿੱਤਾ ਔਰ ਉਹ ਬੜੇ ਖੁਸ਼ ਨੇ। ਉਹਨਾਂ ਦੀ ਅੱਜ ਬਰਸੀ 'ਤੇ ਉਹਨਾਂ ਨੂੰ ਇਹੀ ਸ਼ਰਧਾਂਜਲੀ ਅਸੀਂ ਦਿੰਦੇ ਹਾਂ ਕਿ ਉਹਨਾਂ ਦੇ ਪਦ ਚਿੰਨ੍ਹਾਂ 'ਤੇ ਚੱਲਦੇ ਹੋਏ, ਕਿਉਂਕਿ ਉਹਨਾਂ ਦਾ ਜੀਵਨ ਵੀ ਬਹੁਤ ਹੀ ਸਿੰਪਲ ਔਰ ਸਾਦਾ ਸੀਗਾ, ਖਾਣਾ ਪੀਣਾ ਵੀ ਬਹੁਤ ਸਾਦਾ ਸੀਗਾ, ਜਦੋਂ ਵੀ ਸਾਨੂੰ ਮਿਲਦੇ ਸੀ ਉਹਨਾਂ ਨੂੰ ਤਾਂ ਉਹਨਾਂ ਨੇ ਸਾਨੂੰ ਬਹੁਤ ਹੀ ਅੱਛਾ ਗਾਈਡ ਕਰਨਾ ਕਿ ਤੁਸੀਂ ਅੱਛੇ ਫੀਲਡ ਵਿੱਚ ਜਾਓ, ਅੱਛਾ ਸੋਸ਼ਲ ਵਰਕ ਕਰੋ ਤਾਂ ਕਿ ਤੁਹਾਨੂੰ ਲੋਕ ਯਾਦ ਰੱਖਣ। ਅੱਜ ਅਸੀਂ ਉਹਨਾਂ ਨੂੰ ਯਾਦ ਕਰਦੇ ਹੋਏ ਸ਼ਰਧਾਂਜਲੀ ਦਿੰਦੇ ਹਾਂ, ਔਰ ਜਿਹੜੇ ਕਿ ਬੱਚੇ ਉਹਨਾਂ ਨੇ ਅੱਗੇ ਕੀਤੇ ਸੀ ਇਹ ਗਾਇਕ ਦੇ ਜਾਂ ਕਿਸੇ ਵੀ ਕਲਾਕਾਰ ਦੇ ਖੇਤਰ ਵਿੱਚ, ਉਹ ਵੀ ਅੱਜ ਅਸੀਂ ਦੇਖਦੇ ਹਾਂ ਕਿ ਬਹੁਤ ਅੱਗੇ ਵੱਧ ਚੁੱਕੇ ਨੇ। ਇੰਨੀ ਉਹਨਾਂ ਨੂੰ ਸ਼ਰਧਾ ਦੀ ਫੁੱਲ ਪੇਂਟ ਕਰਦੇ ਹੋਏ ਅਸੀਂ ਉਹਨਾਂ ਨੂੰ ਨਮਨ ਕਰਦੇ ਹਾਂ। ਜੈ ਹਿੰਦ। ਜੇ ਆਪਾਂ ਮੇਲਿਆਂ ਦੀ ਗੱਲ ਕਰੀਏ ਤਾਂ ਮੇਲਿਆਂ ਦੇ ਵਿੱਚ ਨਾਮ ਆ ਜਿਹੜਾ ਉਹ ਜਗਦੇਵ ਸਿੰਘ ਜੱਸੋਵਾਲ ਆ, ਕਿਉਂਕਿ ਉਹਨਾਂ ਨੇ ਉਸ ਮੌਕੇ 'ਤੇ ਮੇਲੇ ਸਟਾਰਟ ਕੀਤੇ ਜਦੋਂ ਪੰਜਾਬ ਦੇ ਵਿੱਚ ਬਾਹਰ ਨਿਕਲਣਾ ਵੀ ਮੁਸ਼ਕਲ ਸੀ। ਜੱਸੋਵਾਲ ਸਾਹਿਬ ਨੇ ਪੰਜਾਬੀ ਸੱਭਿਆਚਾਰ ਦੇ ਰਾਜਦੂਤ, ਮੈਂ ਕਹਿਣ ਤੋਂ ਕੋਈ ਉਹ ਨਹੀਂ ਕਰਾਂਗਾ, ਕਿਉਂਕਿ ਉਹਨਾਂ ਨੇ ਵਾਕਈ ਇੱਕ ਕਲਚਰ ਨੂੰ ਉੱਪਰ ਚੱਕਿਆ। ਜੱਸੋਵਾਲ ਸਾਹਿਬ ਇੱਕ ਬਹੁਤ ਪੱਖੀ ਸ਼ਖਸੀਅਤ ਸੀ, ਉਹਨਾਂ ਨੇ ਰਾਜਨੀਤੀ ਵਿੱਚ ਵੀ ਬੜਾ ਨਾਮ ਆ ਕੱਟਿਆ, ਅਤੇ ਇਸ ਤੋਂ ਇਲਾਵਾ ਕਿਸਾਨ ਭਾਰਤੀ ਕਿਸਾਨ ਯੂਨੀਅਨ ਜਿਹੜੀ ਹੈ ਤੁਸੀਂ ਦੇਖਦੇ ਹੋ ਉਹਦੇ ਵੀ ਫਾਊਂਡਰ ਰਹੇ ਆ। ਸੋ ਜੱਸੋਵਾਲ ਸਾਹਿਬ ਇੱਕ ਇੱਦਾਂ ਦੀ ਸ਼ਖਸੀਅਤ ਸੀ, ਜਦੋਂ ਵੀ ਜਾਈਦਾ ਸੀ ਉਹਨਾਂ ਕੋਲੋਂ, ਜਦੋਂ ਵੀ ਮੈਂ ਜਾਂਦਾ ਸੀ ਰੋਜ਼ ਕੁਝ ਨਾ ਕੁਝ ਸਿੱਖ ਕੇ ਆਉਂਦੇ ਸੀ, ਕਿਉਂਕਿ ਜੱਸੋਵਾਲ ਸਾਹਿਬ ਦੀ ਹੁਣ ਵੀ ਅਸੀਂ ਸੋਚ ਇਹੀ ਕੋਸ਼ਿਸ਼ ਕਰਦੇ ਹਾਂ ਕਿ ਉਹਨਾਂ ਦੀ ਸੋਚ ਦੇ ਉੱਪਰ ਪਹਿਰਾ ਦੇਈਏ, ਉਹਨਾਂ ਦੀ ਸੋਚ 'ਤੇ ਚੱਲੀਏ। ਵਿਦੇਸ਼ਾਂ ਦੇ ਵਿੱਚ ਵੀ ਉਹਨਾਂ ਦੇ, ਮੈਨੂੰ ਤਾਂ ਯਾਦ ਆ ਵੀ ਜੱਸੋਵਾਲ ਸਾਹਿਬ, ਮੈਂ ਉਸ ਦਿਨ ਬਾਹਰ ਕੈਨੇਡਾ ਦੇ ਵਿੱਚ ਸੀ ਜਿੱਦਾਂ ਜੱਸੋਵਾਲ ਸਾਹਿਬ ਮੀਜੇ ਸੰਸਾਰਕ ਯਾਤਰਾ ਪੂਰੀ ਕੀਤੀ ਉਹਨਾਂ ਨੇ। ਸੋ ਉੱਥੇ ਵੀ ਉਹਨਾਂ ਨੂੰ ਬਹੁਤ ਹੀ ਉਸੇ ਤਰ੍ਹਾਂ ਹੀ ਜਿਸ ਤਰ੍ਹਾਂ ਇੱਥੇ ਉਸੇ ਤਰ੍ਹਾਂ ਵਿਦੇਸ਼ਾਂ ਦੀ ਧਰਤੀ ਵਿੱਚ ਜੱਸੋਵਾਲ ਸਾਹਿਬ ਦੇ ਪਾਏ ਪੂਰਨੇ ਦੇ ਉੱਪਰ ਚੱਲਦੇ ਨੇ। ਸਰਦਾਰ ਜਗਦੇਵ ਸਿੰਘ ਜੱਸੋਵਾਲ ਸਾਹਿਬ ਦੀ ਬਰਸੀ ਮਨਾਈ ਜਾ ਰਹੀ ਹੈ ਚੌਕੀ, ਔਰ ਮੇਰੀਆਂ ਉਹਨਾਂ ਨਾਲ ਕਾਫੀ ਯਾਦਾਂ ਜੁੜੀਆਂ ਹੋਈਆਂ, ਉਹਨਾਂ ਤੋਂ ਬਹੁਤ ਕੁਛ ਸਿੱਖਿਆ, ਉਹਨਾਂ ਦੇ ਘਰ ਬੈਠ ਕੇ ਉਹਨਾਂ ਦਾ ਜਿਹੜਾ ਆਂਗਣਾ ਉੱਥੇ ਬੈਠ ਕੇ ਬਹੁਤ ਕੁਛ ਸਿੱਖਣ ਨੂੰ ਮਿਲਿਆ ਉਹਨਾਂ ਨੇ ਸਾਨੂੰ। ਜਦੋਂ ਸ਼ੁਰੂਆਤੀ ਦੌਰ ਸੀ ਮੇਰਾ ਅਤੇ ਰਵਿੰਦਰ ਗਰੇਵਾਲ ਦਾ, ਉਹਨਾਂ ਨੇ ਕਾਫੀ ਸਾਨੂੰ ਸਿੱਧੇ ਰਸਤੇ ਪਾਇਆ ਕਿ ਆਹ ਸੇਧ ਦਿੱਤੀ ਕਿ ਇੱਧਰ ਤੁਸੀਂ, ਤੁਹਾਨੂੰ ਇਸ ਲਾਈਨ ਦੇ ਵਿੱਚ ਇਸ ਤਰ੍ਹਾਂ ਕਰਨਾ ਚਾਹੀਦਾ, ਕਿਉਂਕਿ ਉਹਨਾਂ ਨੇ ਬਹੁਤ ਕਲਾਕਾਰਾਂ ਦੀ ਜ਼ਿੰਦਗੀ ਬਣਾਈ ਹੈ, ਜਿਹਨਾਂ 'ਚੋਂ ਅਸੀਂ ਵੀ ਸਮਝ ਲਓ ਆਪਣੇ ਆਪ ਨੂੰ ਖੁਸ਼ਨਸੀਬ ਸਮਝਦੇ ਹਾਂ। ਅਤੇ ਅੱਜ ਉਹਨਾਂ ਦੀ ਬਰਸੀ 'ਤੇ ਮੈਂ ਉਹਨਾਂ ਨੂੰ ਯਾਦ ਕਰਦੇ ਹੋਏ ਆਪਣੇ ਵੱਲੋਂ ਜੋ ਵੀ ਸ਼ਰਧਾ ਦੀ ਇੱਕ ਫੁੱਲ ਭੇਟ ਕਰਦਾ ਔਰ ਰਿਸਪੈਕਟ ਕਰਦਾ, ਮੈਂ ਅਰਦਾਸ ਕਰਦਾ ਵਾਹਿਗੁਰੂ ਅੱਗੇ ਕਿ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਹੀ ਨਿਵਾਸ ਦੇ।